ਬਨੂੜ ਵਿਖੇ ਕਰਵਾਇਆ ਗਿਆ 10ਵਾਂ ਸ਼ਾਨਦਾਰ ਕਬੱਡੀ ਕੱਪ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨ। ਜ਼ਿਲ੍ਹਾ ਮੋਹਾਲੀ ਦੇ ਵਿੱਚ ਪੈਂਦੇ ਕਸਬਾ ਬਨੂੜ ਵਿਖੇ 10ਵਾਂ ਸ਼ਾਨਦਾਰ ਕਬੱਡੀ ਕੱਪ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਇਆ ਗਿਆ, ਜਿਸ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਸਾਧੂ ਸਿੰਘ ਖਲੌਰ ਅਤੇ ਜਸਵਿੰਦਰ ਸਿੰਘ ਜੱਸੀ ਥੂਹਾ ਨੇ ਕੀਤੀ। ਇਹ ਕਬੱਡੀ ਕੱਪ ਮਸ਼ਹੂਰ ਕੋਚ ਪੰਮੀ ਦੀ ਯਾਦ ਦੇ ਵਿੱਚ ਕਰਵਾਇਆ ਗਿਆ, ਜਿਸ ਦੇ ਵਿੱਚ ਨਾਰਥ ਜ਼ੋਨ ਦੀਆਂ ਪੰਜਾਬ ਹਰਿਆਣਾ ਦੀਆਂ 8 ਅਕੈਡਮੀਆਂ ਨੇ ਭਾਗ ਲਿਆ। ਉਦਘਾਟਨ ਦੀ ਰਸਮ ਮੇਅਰ ਕੁਲਵੰਤ ਸਿੰਘ ਨੇ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਖੇਡਾਂ ਦੇ ਨਾਲ ਜਿੱਥੇ ਨੌਜਵਾਨ ਨਸ਼ੇ ਤੋਂ ਦੂਰ ਰਹਿੰਦੇ ਹਨ, ਉਸ ਦੇ ਨਾਲ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਮਜ਼ਬੂਤ ਹੁੰਦੇ ਹਨ। ਜੱਸੀ ਨੇ ਕਿਹਾ ਕਿ ਹਰ ਪਿੰਡਾਂ ਵਿੱਚ ਅਜਿਹੇ ਖੇਡ ਮੁਕਾਬਲੇ ਕਰਵਾਉਣੇ ਚਾਹੀਦੇ ਹਨ, ਤਾਂ ਜੋ ਮੌਜੂਦਾ ਪੀੜ੍ਹੀ ਦੇ ਨਾਲ ਆਉਣ ਵਾਲੀ ਪੀੜ੍ਹੀ ਦਾ ਧਿਆਨ ਵੀ ਖੇਡਾਂ ਪ੍ਰਤੀ ਜਾਗਰੂਕ ਹੋ ਸਕੇ। ਇਸ ਮੌਕੇ ਅਵਤਾਰ ਸਿੰਘ ਢਾਬੇ ਵਾਲੇ, ਗੁਰਵਿੰਦਰ ਸਿੰਘ ਥੂਹਾ, ਜਗਤਾਰ ਸਿੰਘ ਕਨੌੜ, ਸਤਿੰਦਰ ਸਿੰਘ ਮੋਹੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਮੋਹਾਲੀ ਤੋਂ ਰਜਿੰਦਰ ਸਿੰਘ ਮੋਹੀ, ਆਜ਼ਾਦ ਟੀਵੀ ਨਿਊਜ਼। ਸ਼੍ਰੋਮਣੀ ਅਕਾਲੀ ਦਲ ਸਰਕਲ ਬਨੂੜ ਵੱਲੋਂ ਜਿਹੜਾ ਅਸੀਂ ਹਰ ਸਾਲ ਕਬੱਡੀ ਕੱਪ ਕਰਾਉਂਦੇ ਹਾਂ, 10ਵਾਂ ਕਬੱਡੀ ਕੱਪ ਇਸ ਵਾਰੀ ਕਰਾਇਆ ਜਾ ਰਿਹਾ, ਜਿਸ ਦਾ ਪਹਿਲਾ ਇਨਾਮ 1.5 ਲੱਖ ਅਤੇ ਦੂਜਾ ਇਨਾਮ 1 ਲੱਖ ਰੱਖਿਆ ਗਿਆ ਹੈ। 8 ਅਕੈਡਮੀਆਂ ਨੌਰਥ ਜ਼ੋਨ ਦੀਆਂ ਆ ਰਹੀਆਂ ਨੇ, ਜਿਹੜੀਆਂ ਜਿਹੜੇ ਮੁੰਡੇ ਵਰਲਡ ਕੱਪ ਖੇਡੇ ਉਹ ਸਾਰੇ ਅੱਜ ਸਾਡੇ ਇਸ ਕਬੱਡੀ ਕੱਪ 'ਚ ਖੇਡ ਰਹੇ ਨੇ। ਅਸੀਂ ਧੰਨਵਾਦ ਵੀ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਇਹ ਕਬੱਡੀ ਕੱਖਾਂ ਤੋਂ ਲੱਖਾਂ ਦੀ ਬਣਾ ਦਿੱਤੀ। ਆਉਣ ਵਾਲੇ ਸਮੇਂ 'ਚ ਇਹ ਕਰੋੜਾਂ ਦੀ ਬਣ ਜਾਣੀ ਹੈ। ਇਹ ਮਾਂ ਖੇਡ ਜਿਹੜੀ ਕਬੱਡੀ ਹੈ, ਅਸੀਂ ਇਸ ਲਈ ਵਾਰ ਵਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਦੇ ਹਾਂ। ਅੱਜ ਜਿਹੜਾ ਇਹ ਕਬੱਡੀ ਕੱਪ ਕਰਾਉਣ ਦਾ ਸਾਡਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਨੌਜਵਾਨੀ ਨਸ਼ਿਆਂ 'ਚ ਧੱਸਦੀ ਜਾ ਰਹੀ ਹੈ, ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਇਹ ਅਸੀਂ ਕਬੱਡੀ ਕੱਪ ਕਰਾ ਰਹੇ ਹਾਂ, ਤਾਂ ਕਿ ਜਿਹੜੇ ਨੌਜਵਾਨ ਹੈ ਜੇ ਉਹ ਖੇਡਣਗੇ ਤਾਂ ਨਸ਼ਿਆਂ ਤੋਂ ਦੂਰ ਹੋਣ।